ਅਸਲਾਮ ਵਾਲੇਕੁਮ ਦੋਸਤੋ, ਗੱਲ ਯਾਰ ਜ਼ਰੂਰ ਸੁਣ ਕੇ ਜਾਇਆ ਜੀ। ਯਾਰ 2 ਮਹੀਨੇ ਹੋ ਗਏ ਬੜੀ ਪਰੇਸ਼ਾਨੀ ਬਣੀ ਪਈ, ਅਤੇ ਹੁਣ ਤੋਂ ਤਬੀਅਤ ਵੀ ਖਰਾਬ ਹੋ ਗਈ, ਸਮਝ ਨਹੀਂ ਆਉਂਦੀ ਮੈਦਾ ਖਰਾਬ ਹੈ ਕਿ ਕਿਹੜੀ ਸ਼ੈ ਖਰਾਬ ਹੈ, ਅਤੇ ਕੰਮ ਕੋਈ ਵੀ ਨਹੀਂ ਲੱਭਦਾ ਪਿਆ, ਪਰੇਸ਼ਾਨੀ ਬਹੁਤ ਜ਼ਿਆਦਾ, ਨਾ ਕੋਈ ਕੰਮ ਨਾ ਕੋਈ ਕਾਰ, ਬੱਚੇ ਛੋਟੇ ਛੋਟੇ, ਇੱਕ ਇਹ ਸੁੱਤਾ ਬੱਚਾ, ਇੱਕ ਉਹ ਬੱਚੀ ਸੁੱਤੀ, ਅਤੇ ਇੱਕ ਬੱਚਾ ਜਿਹੜਾ ਉਹ ਆਪਣੇ ਦਾਦੇ ਨਾਲ ਕਿਤੇ ਗਿਆ ਬਾਹਰ, ਅਤੇ ਬੜੀ ਪਰੇਸ਼ਾਨੀ ਹੈ, ਕੰਮ ਕੋਈ ਨਹੀਂ ਲੱਭਦਾ ਪਿਆ, ਅਤੇ ਬੇਹੱਦ ਦੀ ਪਰੇਸ਼ਾਨੀ ਹੈ। ਅਤੇ ਯਾਰ ਤੁਸੀਂ ਸਪੋਰਟ ਕਰਦੇ ਹੋ ਯਾਰ, ਇਹ ਚੈਨਲ ਮੈਂ ਬਣਾਇਆ ਸੀ ਕਿਸੇ ਨੂੰ ਕਹਿ ਕੇ, ਅਤੇ ਕਹਿੰਦੇ ਇਹਦੇ 'ਤੇ ਅਗਰ ਤੁਸੀਂ ਬਣਾਓ ਤਾਂ ਇਹਦੇ 'ਤੇ ਵੀ ਸਪੋਰਟ ਹੋ ਜਾਏ, ਅਤੇ ਇਹਦੇ ਵੀ ਅਰਨਿੰਗ ਹੋਏ, ਪੈਸੇ ਪੂਸੇ ਆਉਣ ਲੱਗ ਪੈਂਦੇ ਆ। ਅਤੇ ਯਾਰ ਮਿਹਰਬਾਨੀ ਹੈ, ਸਬਸਕ੍ਰਾਈਬ ਕਰ ਦਿਓ ਯਾਰ, ਬੜੀ ਪਰੇਸ਼ਾਨੀ, ਯਕੀਨ ਕਰੋ ਇੰਨੀ ਕੁ ਕੰਮ ਕੋਈ ਵੀ ਨਹੀਂ ਆਇਆ, ਮੈਂ ਬੇਡਾ ਵਧਾ ਘਰ ਬੈਠੇ, ਨਾ ਕੋਈ ਕੰਮ ਬੜਾ ਲੱਭਿਆ, ਕੰਮ ਕੋਈ ਵੀ ਨਹੀਂ, ਬੱਚੇ ਬੜੇ ਮੰਗਦੇ ਨੇ ਪੈਸੇ, ਅਤੇ ਬੱਚੇ ਨੂੰ ਪੈਸੇ ਕਿੱਥੋਂ ਦੀ, ਕੰਮ ਹੀ ਕੋਈ ਨਹੀਂ, ਪਰੇਸ਼ਾਨੀ ਬੇਹੱਦ। ਅਤੇ ਤੁਹਾਡੀ ਮਿਹਰਬਾਨੀ ਹੈ, ਕੋਈ ਨਾ ਕੋਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਨਾਲੇ ਵੀਡੀਓ ਵੇਖਿਓ ਪੂਰੀ, ਅਤੇ ਯਾਰ ਜ਼ਰੂਰ ਇਹ ਮੇਰੇ ਬਾਰੇ ਸੋਚਿਓ, ਮੈਂ ਬੜਾ ਪਰੇਸ਼ਾਨ, ਜੇ ਅਗਰ ਕੋਈ ਭੈਣ ਭਰਾ ਇਸ ਇਲਾਕੇ ਦਾ ਸ਼ੇਖਪੁਰ ਦਾ ਆਇਆ ਵੇ, ਅਤੇ ਉਹ ਜ਼ਰੂਰ ਮੇਰੇ ਨਾਲ ਰਾਬਤਾ ਕਰੇਗਾ, ਕੰਮ ਹੋਵੇ ਤਾਂ ਮੈਂ ਕੰਮ 'ਤੇ ਨਾਲ ਲੱਗ ਜਾਵਾਂਗਾ। ਅਤੇ ਯਾਰ ਮਿਹਰਬਾਨੀ ਹੈ, ਤੁਹਾਡੀ ਸਬਸਕ੍ਰਾਈਬ ਕਰ ਦਿਓ।